ਬੀਜੇਪੀ ਚਾਹੀਓ ਚੋਣ ਪ੍ਰਚਾਰ ਚੱਲ ਰਿਹਾ ਕਿਵੇਂ ਹੁੰਗਾਰਾ ਮਿਲਦੇ ਦੇਖੋ ਮੈਂ ਪਰਸਨਲ ਦੁਸ਼ਮਣੀਆਂ ਦੇ ਹਿਸਾਬ ਨਾਲ ਮੈਂ ਸਿਆਸਤ ਨਹੀਂ ਕਰਦਾ ਮੈਂ ਸਿਆਸਤ ਕਰਦਾ ਪਾਲਿਸੀਸ ਤੇ ਆਈਡੀਓਲੋਜੀ ਤੇ ਕਾਂਗਰਸ ਦੀ ਆਈਡੀਓਲੋਜੀ ਹੋਰ ਹੈ ਆਰਐਸਐਸ ਦੀ ਬੀਜੇਪੀ ਦੀ ਹੋਰ ਹੈ ਪਰ ਆਈਡੀਓਲੋਜੀ ਬਦਲ ਗਈ ਹੈ ਰਾਣਾ ਸੋਢੀ ਰਾਣਾ ਸੋਢੀ ਦੀ ਨਹੀਂ ਕਾਂਗਰਸ ਦੀ ਬਦਲ ਗਈ ਹੈ ਕਾਂਗਰਸ ਅੱਜ ਜਿਹੜੀ ਸੈਕੂਲਰ ਕਹਿੰਦੀ ਸੀ ਉਹਨਾਂ ਨੇ ਸੈਕੂਲਰਿਜ਼ਮ ਡਿਮੋਲਿਸ਼ ਕਰਤਾ ਹੈ ਕਹਿੰਦੇ ਨੇ ਵੀ ਦਲਤ ਵੀ ਏ ਤੇ ਤੁਸੀਂ ਚੰਨੀ ਦਾ ਚਿਹਰਾ ਵੇਖ ਲਓ ਜੇ ਜੱਟ ਸਿੱਖ ਹੈ ਤੇ ਨਵਜੋਤ ਸਿੰਘ ਸਿੱਧੂ ਦਾ ਵੇਖ ਲਓ ਜੇ ਹਿੰਦੂ ਏ ਤੇ ਤੁਸੀਂ ਜਾਖੜ ਦਾ ਚਿਹਰਾ ਵੇਖ ਲਓ ਇਹ ਸਿਆਸਤ ਹੈ ਬੀਜੇਪੀ ਦਾ ਚਿਹਰਾ ਕੀ ਬੀਜੇਪੀ ਦਾ ਚਿਹਰਾ ਇੱਕੋ ਹੀ ਚਿਹਰਾ ਹੈ ਪੀਐਮ ਦੀ ਰੈਲੀ ਫਲॉप ਹੋਈ ਹੈ ਤੁਸੀਂ ਉਸ ਥਾਂ ਤੇ ਜੋਂ ਲੜ ਰਹੇ ਹੋ ਜਿੱਥੇ ਰੈਲੀ ਸੀ ਪਤਾ ਲੱਗ ਜਾਏਗਾ ਕਿ ਇਹ ਫਲॉप 쇼 ਹੈ ਕਿ ਸਕਸੈਸ 쇼 ਹੈ ਬੀਜੇਪੀ ਨੂੰ ਪਿੰਡਾਂ 'ਚ ਵੜਨ ਨਹੀਂ ਦਿੱਤਾ ਜਾ ਰਿਹਾ ਹੈ ਤੁਸੀਂ ਜਾ ਰਹੇ ਹੋ ਪਿੰਡਾਂ 'ਚ ਮੈਂ ਇਨੇ ਪਿੰਡਾਂ 'ਚ ਗਿਆ ਜੀ ਔਰ ਪਿੰਡਾਂ ਦੇ ਪਿੰਡ ਮੈਨੂੰ ਜੁਆਇਨ ਕਰ ਰਹੇ ਨੇ ਕਿਹੜੇ ਪਿੰਡ ਨੇ ਮੈਂ ਦੱਸਾਂਗੇ ਸਿੱਧੂ ਕਹਿੰਦੇ ਕੈਪਟਨ ਸੈਂਟਰ ਦਾ ਤੋਤਾ ਸੈਂਟਰ ਚੋਰੀ ਪਾਉਂਦਾ ਹੈ ਕੈਪਟਨ ਮਿੱਠੂ ਮੈਮੂ ਕਹਿੰਦੇ ਕਰ ਰਹੇ ਆ ਭੱਲੇ ਕਿ ਇਹ ਜਿਹੇ ਗੱਲਾਂ ਤਾਂ ਇੱਕ ਮਸਕਰੇ ਕਰਦੇ ਨੇ ਇਹ ਤਾਂ ਉਦੋਂ ਪਤਨ ਲੱਗੇਗਾ ਵੀ ਜਦੋਂ ਜਿਹੜੇ ਰਿਜ਼ਲਟ ਆਉਣਗੇ 10 ਤਰੀਕ ਨੂੰ ਵੀ ਕੌਣ ਤੋਤਾ ਹੈ ਤੇ ਕੌਣ ਮਿੱਠੂ ਹੈ ਉਹ ਜਿਹੜੀ ਪਾਰਟੀ ਦੀ ਇਸ ਵੇਲੇ ਪ੍ਰਧਾਨਗੀ ਕਰ ਰਹੇ ਨੇ ਉਸ ਪਾਰਟੀ ਦੀ ਜਿਹੜੀ ਨੀਅਤ ਵੀ ਖਰਾਬ ਹੈ ਤੇ ਨੀਤੀ ਵੀ ਖਰਾਬ ਹੈ ਉਹ ਨੀਤੀ ਤਾਂ ਕਹਿੰਦੇ ਬੀਜੇਪੀ ਦੀ ਖਰਾਬ ਹੈ ਇਹ ਕਾਂਗਰਸੀਆਂ ਨੇ ਕਦੇ ਇਹਨਾਂ ਸੋਫਿਆਂ ਤੇ ਇਹਨਾਂ ਕੁਰਸੀਆਂ ਤੇ ਬੈਠਦੇ ਹੁੰਦੇ ਸੀ ਅੱਜ ਕਹਿ ਰਹੇ ਆ ਕਿ ਸਿਕਿਉਰਟੀਆਂ ਦੇ ਮਾਰੇ ਕੈਪਟਨ ਅਮਰਿੰਦਰ ਤੇ ਉਹਨਾਂ ਦੇ ਯਾਰ ਵੀ ਦੇ ਵਿੱਚ ਚਲੇ ਗਏ ਬਿਨਾਂ ਸਿਕਿਉਰਿਟੀ ਵੀ ਚੱਲੀਦਾ ਕੋਈ ਐਸੀ ਗੱਲ ਨਹੀਂ ਵੀ ਜੇ ਵੀ ਬੀਜੇਪੀ ਬਿਨਾਂ ਸਿਕਿਉਰਿਟੀ ਚੱਲ ਨਹੀਂ ਸਕਦੀ ਕਹਿੰਦੇ ਚੱਲ ਕੇ ਵਿਖਾ ਦਿਓ ਕਿਸੇ ਪਿੰਡ ਚਲੇ ਜਾਓ ਖੇਤੀਬਾੜੀ ਬਿੱਲਾਂ ਨੂੰ ਲੈ ਕੇ ਕਾਨੂੰਨਾਂ ਨੂੰ ਲੈ ਕੇ ਜਿਹੜਾ ਵਿਰੋਧ ਅੱਜ ਵੀ ਜਿਹੜਾ ਹੈਗਾ ਪਿੰਡਾਂ ਦੇ ਵਿੱਚ ਲੋਕਾਂ ਦੇ ਵਿੱਚ ਅਸੀਂ ਇਹ ਕਹਿੰਦੇ ਸੀਗੇ ਵੀ ਇਹ ਕਾਨੂੰਨ ਗਲਤ ਨੇ ਪ੍ਰਧਾਨ ਮੰਤਰੀ ਜੀ ਨੇ ਜਦੋਂ ਇਹ ਰਿਅਲਾਈਜ਼ ਕਰ ਲਿਆ ਉਹਨਾਂ ਦੇ ਸਾਹਮਣੇ ਵਾਈਟ ਪੇਪਰ ਆ ਗਿਆ ਇਹਦੇ ਬਾਰੇ ਵੀ ਇਹ ਗਲਤ ਬਣ ਗਿਆ ਉਹਨਾਂ ਨੇ ਮਾਫੀ ਵੀ ਮੰਗੀ ਔਰ ਉਸ ਤੋਂ ਬਾਅਦ ਕਾਨੂੰਨ ਵੀ ਵਾਪਸ ਲੈ ਲਿਆ ਵਿਰੋਧ ਕਰਦਾ ਉਹ ਤਾਂ ਹੁਣ ਕਾਂਗਰਸ ਵਾਲੇ ਪੁੱਛ ਦਸਣ ਜਿਹੜੇ ਕਹਿੰਦੇ ਸੀ ਵੀ ਅਸੀਂ 100 ਦਿਨ ਚ ਅਸੀਂ 100 ਕੰਮ ਕਰਦੇ ਉਹ 36000 ਬੰਦਾ ਪੱਕਾ ਹੋ ਗਿਆ ਜਿਹੜੇ ਉਦੋਂ ਵੇਚੀ ਸੀਗੇ ਵਿਰੋਧੀ ਕਹਿੰਦੇ ਗੁਜਰਾਤ ਚ ਤੁਹਾਡੀ ਸਰਕਾਰ ਹੈ ਗੁਜਰਾਤ ਦੇ ਜਿਹੜਾ ਬਾਰਡਰਾਂ ਤੇ ਡਰੱਗ ਆ ਰਹੀ ਹੈ ਪੰਜਾਬ ਚ ਨਹੀਂ ਆ ਰਹੀ ਉਹ ਕਹਿੰਦੇ ਗੁਜਰਾਤ ਆ ਰਹੀ ਹੈ ਕੀ ਜਾਂਦਾ ਰਾਜਨੀਤੀ ਚ ਕੋਈ ਵੀ ਪੱਕਾ ਦੋਸਤ ਨਹੀਂ ਹੁੰਦਾ ਤੇ ਕੋਈ ਵੀ ਪੱਕਾ ਦੁਸ਼ਮਨ ਨਹੀਂ ਹੁੰਦਾ ਕਾਂਗਰਸੀ ਅਕਾਲੀ ਹੋਗੇ ਅਕਾਲੀ ਆਪ ਵਾਲੇ ਹੋਗੇ ਆਪ ਵਾਲੇ ਕਾਂਗਰਸੀ ਹੋਗੇ ਤੇ ਕੋਈ ਬੀਜੇਪੀ ਵਾਲਾ ਹੋ ਗਿਆ ਸਾਡੇ ਨਾਲ ਸਾਬਕਾ ਖੇਡ ਮੰਤਰੀ ਰਾਣਾ ਸੋਢੀ ਨੇ ਬੀਜੇਪੀ ਦੀ ਟਿਕਟ ਤੇ ਫਿਰੋਜ਼ਪੁਰ ਤੋਂ ਚੋਣ ਲੜ ਰਹੇ ਨੇ ਸਾਡੇ ਨਾਲ ਨੇ ਸਵਾਗਤ ਹੈ ਜੀ ਪੁਰ ਪੰਜਾਬ ਕੀ ਮਿਹਰਬਾਨੀ ਜੀ ਸਿਮਰਨਜੀਤ ਜੀ ਮਿਹਰਬਾਨੀ ਤੁਹਾਡੀ ਕਹ ਜਾਂਦਾ ਹੈ ਰਾਜਨੀਤੀ ਚ ਕੋਈ ਦੋਸਤ ਨਹੀਂ ਹੁੰਦਾ ਕੋਈ ਪੱਕਾ ਦੁਸ਼ਮਨ ਨਹੀਂ ਹੁੰਦਾ ਬੀਜੇਪੀ ਚ ਆਏ ਹੋ ਚੋਣ ਪ੍ਰਚਾਰ ਚੱਲ ਰਿਹਾ ਹੈ ਕਿ ਮੈਂ ਹੁੰਗਾਰਾ ਮਿਲ ਰਹੇ ਦੇਖੋ ਮੈਂ ਪਰਸਨਲ ਦੁਸ਼ਮਣੀਆਂ ਦੇ ਹਿਸਾਬ ਨਾਲ ਮੈਂ ਸਿਆਸਤ ਨਹੀਂ ਕਰਦਾਗਾ ਮੈਂ ਸਿਆਸਤ ਕਰਦਾ ਪਾਲਿਸੀਸ ਤੇ ਆਈਡੀਓਲੋਜੀ ਤੇ ਔਰ ਡਿਸਪਲਿਨ ਤੇ ਸੋ ਇਸ ਕਰਕੇ ਜਿਹੜੇ ਪਰਸਨਲ ਦੋਸਤ ਮਿੱਤਰ ਅਲੱਗ-ਅਲੱਗ ਪਾਰਟੀਆਂ ਚ ਹੁੰਦੇ ਨੇ ਉਹਨਾਂ ਨੂੰ ਮੈਂ ਦੋਸਤ ਨੂੰ ਦੋਸਤ ਸਮਝਦਾ ਲੇਕਿਨ ਜਿਹੜੀ ਵਿਚਾਰਤਾ ਰਾਏ ਡਿਫਰੈਂਸ ਆਫ ਅਪੀਨੀਅਨ ਉਹ ਬਣਦੀ ਹੈਗੀ ਏ ਕਿ ਆਈਡੀਓਲੋਜੀ ਕੀ ਏ ਪਾਰਟੀ ਦ ਕੀ ਉਹਨਾਂ ਦੀ ਨੀਤੀ ਕੀ ਏ ਤੇ ਨੀਤੀਆਂ ਤੋਂ ਔਰ ਨiyet ਤੋਂ ਜਿਹੜੀ ਹੈ ਉਸ ਹਿਸਾਬ ਨਾਲ ਮੈਂ ਪਾਰਟੀ ਦੀ ਗੱਲ ਕਰਦਾ ਆਈਡੀਓਲੋਜੀ ਦੀ ਤੁਸੀਂ ਗੱਲ ਕੀਤੀ ਏ ਕਾਂਗਰਸ ਦੀ ਆਈਡੀਓਲੋਜੀ ਹੋਰ ਏ ਆਰਐਸਐਸ ਦੀ ਬੀਜੇਪੀ ਦੀ ਹੋਰ ਏ ਪਰ ਆਈਡੀਓਲੋਜੀ ਬਦਲ ਗਈ ਏ ਰਾਣਾ ਸੋਢੀ ਦੀ ਰਾਣਾ ਸੋਢੀ ਦੀ ਨਹੀਂ ਕਾਂਗਰਸ ਦੀ ਬਦਲ ਗਈ ਏ ਕਾਂਗਰਸ ਅੱਜ ਜਿਹੜੀ ਸੈਕੂਲਰ ਕਹਿੰਦੀ ਸੀਗੀ ਉਹਨਾਂ ਨੇ ਸੈਕੂਲਰਿਜ਼ਮ ਡਿਮੋਲਿਸ਼ ਕਰਤਾ ਹੈ ਸੈਕੂਲਰਿਜ਼ਮ ਨਾ ਦੀ ਕੋਈ ਚੀਜ਼ ਐਗਜ਼ਿਸਟ ਨਹੀਂ ਕਰਦੀ ਕਿ ਕਾਂਗਰਸ ਚ ਇਹ ਉਹ ਕਾਂਗਰਸ ਨਹੀਂ ਜਿਹੜੀ ਰਾਣਾ ਸੋਢੀ ਨੇ 40 ਸਾਲ ਪਹਿਲਾਂ ਜਦੋਂ ਜੁਆਇਨ ਕੀਤਾ ਸੀਗਾ ਉਦੋਂ ਕਾਂਗਰਸ ਦੀਆਂ ਜਿਹੜੀਆਂ ਪਾਲਿਸੀਸ ਸੀਗੀਆਂ ਲੋਕਾਂ ਦੇ ਪ੍ਰਤੀ ਸੀਗੀਆਂ ਗਰੀਬਾਂ ਦੇ ਪ੍ਰਤੀ ਸੀਗੀਆਂ ਉਹ ਸਾਰਾ ਕੁਝ ਅੱਜ ਪੰਜਾਬ ਦੇ ਵਿੱਚ ਜੋ ਕੁਝ ਹੋ ਰਿਹਾ ਉਹ ਦੇਖ ਕੇ ਮੈਨੂੰ ਬੜਾ ਅਫਸੋਸ ਹੋ ਰਿਹਾ ਹੈ ਕਿ ਵੋਟ ਬਟੋਰਨ ਵਾਸਤੇ ਸਾਡੀ ਪੰਜਾਬ ਦੀ ਮੌਜੂਦਾ ਸਰਕਾਰ ਕਾਂਗਰਸ ਪਾਰਟੀ ਦੀ ਸਰਕਾਰ ਅਲੱਗ-ਅਲੱਗ ਚਿਹਰੇ ਲਿਆ ਕੇ ਅੱਗੇ ਰੱਖਦੇ ਨੇ ਕਹਿੰਦੇ ਨੇ ਵੀ ਦਲਿਤ ਵੀ ਏ ਤੇ ਤੁਸੀਂ ਚੰਨੀ ਦਾ ਚਿਹਰਾ ਵੇਖ ਲਓ ਜੇ ਜੱਟ ਸਿੱਖ ਹੈ ਤੇ ਨਵਜੋਤ ਸਿੰਘ ਸਿੱਧੂ ਦਾ ਵੇਖ ਲਓ ਜੇ Hindu ਏ ਤੇ ਤੁਸੀਂ ਜਾਖੜ ਦਾ ਚਿਹਰਾ ਵੇਖ ਲਓ ਇਹ ਸਿਆਸਤ ਏ ਇਹ ਤਾਂ ਵਟਵਾਰਾ ਹੈ ਤੁਸੀਂ ਕਿਹੜਾ ਜਿਹਰਾ ਦੇ ਰਹੇ ਹੋ BJP ਦਾ ਜਿਹਰਾ ਕੀ ਹੈ BJP ਦਾ ਚਿਹਰਾ BJP ਦਾ ਚਿਹਰਾ ਇੱਕੋ ਹੀ ਚਿਹਰਾ ਹੈ ਕਿ ਰਾਸ਼ਟਰ ਨੂੰ ਪ੍ਰਮukh ਰੱਖਣਾ ਸਟੇਟ ਦੀ ਤਰੱਕੀ ਕਰਨੀ ਇਸ ਕਰਕੇ ਬੀਜੇਪੀ ਦਾ ਚਿਹਰਾ ਜਿਹੜਾ ਹੈ ਚਿਹਰੇ ਦੇ ਨਾਲ ਵੋਟ ਨਹੀਂ ਲੈ ਰਹੇਗੇ ਸਾਡਾ ਚਿਹਰਾ ਭਾਜਪਾ ਦੀਆਂ ਪਾਲਿਸੀਜ਼ ਭਾਜਪਾ ਦੀਆਂ ਕਮਿਟਮੈਂਟਸ ਸਾਡੇ ਇਮਾਨਜੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀਆਂ ਜੋ ਥਾਟਸ ਨੇ ਕਿ ਮੈਂ ਹਿੰਦੁਸਤਾਨ ਨੂੰ ਪਹਿਲੇ ਨੰਬਰ ਤੇ ਲੈ ਕੇ ਆਉਣਾ ਹੈ ਮੈਂ ਪੰਜਾਬ ਸਟੇਟ ਨੂੰ ਮੌਜੂਦਾ ਦਲਦਲ ਚੋਂ ਕੱਢਣਾ ਹੈ ਤੁਹਾਡੇ ਵਿਰੋਧੀ ਕਹਿੰਦੇ ਆ ਕਿ ਪੀਐਮ ਦੀ ਰੈਲੀ ਫਲॉप ਹੋਈ ਹੈ ਤੁਸੀਂ ਉਸ ਥਾਂ ਤੇ ਜੂਨ ਲੜ ਰਹੇ ਹੋ ਜਿੱਥੇ ਰੈਲੀ ਸੀ ਮੇਰਾ ਖਿਆਲ ਹੈ ਕਿ ਇਹ ਉਹਨਾਂ ਨੂੰ ਪਤਾ ਲੱਗ ਜਾਏਗਾ ਕਿ ਇਹ ਫਲॉप 쇼 ਹੈ ਕਿ ਸਕਸੈਸ 쇼 ਹੈ ਫਲॉप 쇼 ਬਿਲਕੁਲ ਨਹੀਂ ਹੈ ਇਹ ਉਹਨਾਂ ਦੀ ਕਮਜ਼ੋਰੀ ਹੈ ਸੋ ਇਸ ਕਰਕੇ ਮੈਂ ਵਿਰੋਧੀਆਂ ਦੀ ਇਸ ਗੱਲ ਤੇ ਕੋਈ ਅਹਿਮੀਅਤ ਨਹੀਂ ਦਿੰਦਾਗਾ ਇਹ ਰਿਜ਼ਲਟ ਦੱਸਣਗੇ 10 ਤਰੀਕ ਨੂੰ ਸੋਢੀ ਸਾਹਿਬ ਪਿੰਡਾਂ 'ਚ ਜਾਣੇ ਹੋ ਪਹਿਲਾਂ ਜਿਹੜੇ ਪਰਿਵਾਰਾਂ 'ਚ ਵਿਚਰਦੇ ਸੀਗੇ ਪਿੰਡਾਂ 'ਚ ਜਿਹੜੀ ਪਿੰਡਾਂ ਦੀ ਵੋਟ ਸੀ ਕਿਹਾ ਜਾਂਦਾ ਕਿ ਅੱਜ ਕੱਲ ਕਿਹਾ ਜਾ ਰਿਹਾ ਕਿ ਬੀਜੇਪੀ ਨੂੰ ਪਿੰਡਾਂ 'ਚ ਵੜਨ ਨਹੀਂ ਦਿੱਤਾ ਜਾ ਰਿਹਾ ਹੈ ਤੁਸੀਂ ਜਾ ਰਹੇ ਹੋ ਪਿੰਡਾਂ 'ਚ ਮੈਂ ਇਨੇ ਪਿੰਡਾਂ 'ਚ ਗਿਆ ਜੀ ਔਰ ਪਿੰਡਾਂ ਦੇ ਪਿੰਡ ਮੈਨੂੰ ਜੁਆਇਨ ਕਰ ਰਹੇ ਨੇ ਮੇਰੇ ਨਾਲ ਚੱਲ ਰਹੇ ਨੇ ਕਿਹੜੇ ਪਿੰਡ ਨੇ ਜੁਆਇਨ ਕਿ ਕਿਹੜੇ ਪਿੰਡ ਨੇ ਮ ਦੱਸੋਗੇ ਹਜ਼ਾਰਾ ਸਿੰਘ ਵਾਲਾ ਉਹਦੀ ਗੱਲ ਕਰ ਲਓ ਆਸਲਾ ਦੀ ਗੱਲ ਕਰ ਲਓ ਅੱਜ ਇੱਕ ਪਿੰਡ ਕਿਹੜਾ ਕਾਕਾ ਫੁਰ ਗਿਆ ਸੀ ਆਪਾਂ ਹੈ ਗੁਰਦਿੱਤੀ ਵਾਲਾ ਗੁਰਦਿੱਤੀ ਵਾਲਾ ਹਸਤੇ ਵਾਲਾ ਹਸਤੇ ਵਾਲਾ ਗਿੱਲਾ ਗੱਟੀ ਸਾਰੀਆਂ ਗੱਟੀਆਂ ਜਾ ਕੇ ਦੇਖ ਲਓ ਉੱਥੇ ਦਸਨਵੇਂ ਨੂੰ ਜਦੋਂ ਕਾਂਗਰਸ ਨੂੰ ਵੋਟ ਪੈਗੀ ਉਹ ਸਾਰੀ ਦੀ ਸਾਰੀ ਭਾਜਪਾ ਨੂੰ ਵੋਟ ਪੈਗੀ ਭਾਜਪਾ ਦੀਆਂ ਪਾਲਿਸੀ ਨੂੰ ਭਾਜਪਾ ਦੀਆਂ ਨੀਤੀਆਂ ਨੂੰ ਵੋਟ ਪੈਗੀ ਸਾਡੇ ਜਿਹੜੀ ਵੋਟ ਜਿਹੜੀ ਏ ਉਹ ਇਸ ਕਰਕੇ ਨਹੀਂ ਕਿ ਵੀ ਇਹ ਲੋਕ ਜਿਹੜੇ ਨੇ ਵੀ ਇਹ ਕਾਂਗਰਸੀ ਸੀ ਤੇ ਹੁਣ ਅਸੀਂ ਬੀਜੇਪੀ ਦੀਆਂ ਤੇ ਅਸੀਂ ਇਹਨਾਂ ਨੂੰ ਪਿੰਡਾਂ 'ਚ ਨਹੀਂ ਵੜਨ ਦੇਣਾਗਾ ਇਹ ਕੋਈ ਅਸੀਂ ਗੱਲ ਹੀ ਨਹੀਂ ਹੈਗੀ ਇੱਥੇ ਅੱਜ ਜਿਹੜੀ ਵੋਟ ਪੈ ਰਹੀ ਏ ਉਹ ਸਾਡੇ ਪ੍ਰਧਾਨ ਮੰਤਰੀ ਮਾਨਯੋਗ ਨਰਿੰਦਰ ਮੋਦੀ ਜੀ ਦੇ ਨਾਂ ਨੂੰ ਪੈਰੀ ਹੈ ਸਾਡੀਆਂ ਪਾਲਿਸੀਜ਼ ਨੂੰ ਪੈਰੀ ਹੈ ਔਰ ਉਹ ਚਾਹੁੰਦੇ ਨੇ ਕਿ ਉਹਨਾਂ ਨੂੰ ਜਿਹੜਾ ਮੌਜੂਦਾ ਵਿਧਾਇਕ ਹੈ ਉਹਨੇ ਇੰਨੇ ਕੁ ਲੋਕਾਂ ਤੇ ਅਤਿਆਚਾਰ ਕੀਤੇ ਨੇ ਉਹਨਾਂ ਨਾਲ ਧੱਕੇਸ਼ਾਹੀ ਹੋਈ ਹੈ ਉਹਦੇ ਵੱਲੋਂ ਤੇ ਉਹਦੇ ਰਿਸ਼ਤੇਦਾਰਾਂ ਵੱਲੋਂ ਲੋਕ ਉਸ ਚੀਜ਼ ਦਾ ਸਬਕ ਸਿਖਾਉਣਾ ਚਾਹੁੰਦੇ ਨੇ ਸਿੱਧੂ ਕਹਿੰਦੇ ਇਸ ਕਰਕੇ ਪਿੰਡਾਂ ਦੇ ਵਿੱਚ ਮੈਨੂੰ ਜਿੰਨਾ ਸਮਰਥਨ ਮਿਲ ਰਿਹਾ ਮੈਂ ਤੁਹਾਨੂੰ ਦੱਸ ਹੀ ਨਹੀਂ ਸਕਦਾ ਸੇ ਤੂੰ ਕਹਿੰਦੇ ਕੈਪਟਨ ਸੈਂਟਰ ਦਾ ਤੋਤਾ ਸੈਂਟਰ ਚੂਰੀ ਪਾਉਂਦਾ ਕੈਪਟਨ ਮਿੱਠੂ ਮੈਮਿਉ ਦੇਖੋ ਕਹਿੰਦੇ ਕਰ ਰਹੇ ਆ ਕੱਲੇ ਕਿ ਇਹ ਜਿਹੀਆਂ ਗੱਲਾਂ ਤਾਂ ਇੱਕ ਮਸਕਰੇ ਕਰਦੇ ਨੇ ਉਹ ਮਸਕਰਿਆਂ ਵਾਲੀਆਂ ਗੱਲਾਂ ਜੇ ਕਰੀ ਜਾਓਗੇ ਤਾਂ ਕੋਈ ਫਾਇਦਾ ਨਹੀਂਗਾ ਤੁਸੀਂ ਤੋਤਾ ਕਹੀ ਜਾਓ ਇਹ ਤਾਂ ਉਦੋਂ ਪਤਾ ਲੱਗੇਗਾ ਵੀ ਜਦੋਂ ਜਿਹੜੇ ਰਿਜ਼ਲਟ ਆਉਣਗੇ 10 ਤਰੀਕ ਨੂੰ ਵੀ ਕੌਣ ਤੋਤਾ ਹੈ ਤੇ ਕੌਣ ਮਿੱਠੂ ਹੈ ਇਹ ਉਦੋਂ ਪਤਾ ਲੱਗੇਗਾ ਸੋ ਇਹ ਸਿੱਧੂ ਸਾਹਿਬ ਨੂੰ ਸੋਚਣਾ ਪਵੇਗਾ ਵੀ ਉਹ ਜਿਹੜੀ ਪਾਰਟੀ ਦੀ ਇਸ ਵੇਲੇ ਪ੍ਰਧਾਨਗੀ ਕਰ ਰਹੇ ਨੇ ਉਸ ਪਾਰਟੀ ਦੀ ਜਿਹੜੀ ਨੀਅਤ ਵੀ ਖਰਾਬ ਹੈ ਤੇ ਨੀਤੀ ਵੀ ਖਰਾਬ ਹੈ ਤੁਹਾਡੇ ਨੀਤੀ ਤਾਂ ਕਹਿੰਦੇ ਬੀਜੇਪੀ ਦੀ ਖਰਾਬ ਹੈ ਮੈਂ ਕਿਹਾ ਬੀਜੇਪੀ ਦੀ ਨੀਤੀ ਖਰਾਬ ਹੈ ਇਸ ਕਰਕੇ ਤਾਂ ਸਾਰੇ ਹਿੰਦੁਸਤਾਨ 'ਚ ਰਾਜ ਕਰ ਰਹੀ ਹੈ ਨੀਤੀ ਖਰਾਬ ਤੋਂ ਠੀਕ ਹੈ ਕਿ ਨਹੀਂ ਜੇ ਨੀਅਤ ਖਰਾਬ ਹੁੰਦੀ ਤੇ ਰਾਜ ਕਿਵੇਂ ਚੱਲਦਾ ਮੋਦੀ ਸਾਹਿਬ ਪਹਿਲੀ ਵਾਰੀ ਜਿੰਨੀਆਂ ਸੀਟਾਂ ਲੈ ਕੇ ਉਦੋਂ ਬਾਅਦ ਐਬਸੋਲਿਊਟ ਮੈਜੋਰਟੀ ਬਣੀ ਇਹ ਨੀਅਤ ਜੇ ਸਾਫ਼ ਹੈਗੀ ਤੇ ਤਾਂ ਹੀ ਬਣੀ ਨਾ ਜਿਹੜੇ ਕਾਂਗਰਸੀਆਂ ਨੇ ਕਦੇ ਇਹਨਾਂ ਸੋਫਿਆਂ ਤੇ ਇਹਨਾਂ ਕੁਰਸੀਆਂ ਤੇ ਬੈਠਦੇ ਹੁੰਦੇ ਸੀ ਅੱਜ ਕਹਿ ਰਹੇ ਐ ਕਿ ਸਿਕਿਉਰਟੀਆਂ ਦੇ ਮਾਰੇ ਕੈਪਟਨ ਅਮਰਿੰਦਰ ਤੇ ਉਹਨਾਂ ਦੇ ਯਾਰ ਵੀ ਜੀ ਵਿਚ ਚਲੇਗੀ ਇਹ ਤਾਂ ਫਜ਼ੂਲ ਦੀਆਂ ਗੱਲਾਂ ਨੇ ਸਿਕਿਉਰਟੀ ਅਸੀਂ ਕੋਈ ਪਹਿਲੀ ਵਾਰੀ ਦੇਖੀ ਮੇਰੇ ਕੋਲ ਤਾਂ ਪਹਿਲਾਂ ਵੀ ਸਿਕਿਉਰਟੀ ਸੀ ਬਿਲਕੁਲ ਤਾਂ 2013 ਦੀ ਸਿਕਿਉਰਟੀ ਸੀ ਉਸ ਤੋਂ ਪਹਿਲਾਂ ਵੀ ਸਿਕਿਉਰਟੀ ਸੀ ਮੈਂ ਜਦੋਂ ਐਮਐਲਏ ਬਣਿਆ 2002 ਚ ਉਦੋਂ ਵੀ ਸਿਕਿਉਰਟੀ ਸੀ ਜਿੰਨੀ ਸਿਕਿਉਰਟੀ ਦੀ ਲੋੜ ਹੈਗੀ ਉਨੀ ਰੱਖੀਦੀ ਹੈ ਜਿੰਨੀ ਲੋੜ ਹੈਗੀ ਤੇ ਬਿਨਾਂ ਸਿਕਿਉਰਟੀ ਵੀ ਚੱਲੀਦਾ ਹੈ ਉਹ ਐਸੀ ਗੱਲ ਨਹੀਂ ਸਿਕਿਉਰਿਟੀ ਦਾ ਇੱਕ ਮੈਂ ਅੱਜ ਤੱਕ ਬੀਜਪੀ ਬਿਨਾਂ ਸਿਕਿਉਰਿਟੀ ਚੱਲ ਨਹੀਂ ਸਕਦੀ ਕਹਿੰਦੇ ਚੱਲ ਕੇ ਵਿਖਾ ਦਿਓ ਕਿਸੇ ਪਿੰਡ ਚਲੇ ਜਾ ਇੱਕ ਮਿੰਟ ਮੇਰੀ ਗੱਲ ਤਾਂ ਸੁਣ ਲੋ ਤੁਸੀਂ ਸ਼ਾਇਦ ਨਵੀਆਂ ਆ ਦੇਖ ਲੈਣਾ ਜਿਹੜੀਆਂ ਟਿੱਪਾਂ ਚਲੀਆਂ ਹੋਈਆਂ ਨੇ ਸੋਸ਼ਲ ਮੀਡੀਆ ਤੇ ਕਿ ਬੀਜਪੀ ਨੂੰ ਸਿਕਿਉਰਿਟੀ ਦੀ ਲੋੜ ਹੈ ਕਿ ਕਾਂਗਰਸੀਆਂ ਨੂੰ ਸਿਕਿਉਰਿਟੀ ਦੀ ਲੋੜ ਹੈ ਉਥੋਂ ਇਹ ਪਿੰਡਾਂ ਚ ਭਜਾਏ ਲੋਕਾਂ ਨੇ ਸੋ ਇਸ ਕਰਕੇ ਇਹ ਤਾਂ ਇੱਕ ਲੋਕਾਂ ਦੇ ਵਿੱਚ ਇੱਕ ਐਸੀ دہشت ਫਲਾਉਣ ਦੀ ਗੱਲ ਹੈ ਤੁਸੀਂ ਚਲੋ ਮੇਰੇ ਨਾਲ ਸਵੇਰ ਤੋਂ ਦੱਸੋ ਕਿਹੜੇ ਪਿੰਡ ਚ ਲੈ ਕੇ ਚੱਲਾਂ ਚਲੋ ਮੇਰੇ ਨਾਲ ਜੇ ਲੋਕ ਤੁਹਾਡਾ ਵਧੀਆ ਚਾ ਗਲਾਂ 'ਚ ਹਾਰ ਪਾਉਣਗੇ ਪਿਆਰ ਨਾਲ ਬਿਠਾਉਣਗੇ ਤੁਹਾਡੀ ਗੱਲ ਸੁਣਨਗੇ ਉਸ ਤੋਂ ਬਾਅਦ ਦੋਵੇਂ ਹੱਥ ਖੜੇ ਕਰਕੇ ਕਹਿਣਗੇ ਵੀ ਤੁਹਾਨੂੰ ਵੋਟ ਪਾਵਾਂਗੇ ਤੇ ਇਹ ਗੱਲ ਨਾ ਹੋਵੇ ਤੇ ਤੁਹਾਨੂੰ ਫੋਟੋ ਭੇਜ ਦੇਵਾਂਗੇ ਲੋਕ ਤਾਂ ਸਭ ਨੂੰ ਹੀ ਕਹਿੰਦੇ ਆ ਲੋਕ ਤਾਂ ਪਰਮੇਂਦਰ ਪੈਂਕੀ ਨੂੰ ਵੀ ਕਹਿ ਰਹੇ ਆ ਵੋਟ ਪਾਵਾਂਗੇ ਬੋਰਾ ਨੂੰ ਵੀ ਕਹਿ ਰਹੇ ਆ ਮੈਂ ਕਿ ਜਿਹੜੀ ਗੱਲ ਮੈਂ ਕਹੇ ਤੁਸੀਂ ਤਾਂ ਸਾਡੇ ਪਿੰਡਾਂ 'ਚ ਵੜਨ ਦੀ ਗੱਲ ਕਰ ਰਹੇ ਹੋ ਨਾ ਜੇ ਪਿੰਡਾਂ 'ਚ ਵੜਨ ਦੇਣੇ ਨੇ ਤਾਂ ਤਾਂ ਹੀ ਹੱਥ ਖੜੇ ਕਰਕੇ ਕਹਿੰਦੇ ਨੇ ਵੋਟਾਂ ਪਾਵਾਂਗੇ ਸਾਡੇ ਨਾਲ ਵੋਟਾਂ ਵੋਟਾਂ ਤੋਂ ਇਲਾਵਾ ਉਹਨਾਂ ਦੀ ਪਰਸਨਲ ਜਿਹੜੀ ਹਮਦਰਦੀ ਹੈ ਸਾਡੇ ਨਾਲ ਹਮਦਰਦੀ ਇਸ ਕਰਕੇ ਹੈ ਕਿ ਲੋਕ ਉਹ ਡਰ ਨਾਲ ਉਹਨਾਂ ਨੂੰ ਕਹਿੰਦੇ ਸਾਨੂੰ ਪਿਆਰ ਨਾਲ ਕਹਿੰਦੇ ਡਰ ਤਾਂ ਮੌਜੂਦਾ ਵਿਧਾਇਕ ਦਾ ਹੈ ਸਾਡਾ ਪਿਆਰ ਹੈ ਤੇ ਵੋਟ ਵੇਖ ਲਓ ਪਿਆਰ ਨਾਲ ਪੈਂਦੀ ਹੈ ਕਿ ਡਰ ਨਾਲ ਪੈਂਦੀ ਹੈ ਤੁਸੀਂ ਦੱਸੋ ਜੇ ਅੱਜ ਤੁਹਾਡੀ ਗਰਦਨ ਤੇ ਰਿਵੋਲਵਰ ਰੱਖ ਦਈਏ ਤੇ ਬਾਹਰ ਨੂੰ ਤੁਸੀਂ ਉਦੋਂ ਤੱਕ ਕਮਰੇ ਚ ਤੱਕ ਤਾਂ ਕਹੋਗੇ ਕਿ ਮੈਂ ਵੋਟ ਪਾਉਂਗਾ ਬਾਹਰ ਜਾ ਕੇ ਕਹੂੰਗਾ ਸਾਰੇ ਨੂੰ ਮਜ਼ਾ ਚਖਾਉਂਗਾ ਜਦੋਂ ਮਸ਼ੀਨ ਕੋਲ ਜਾਣਾ ਉਹਦਾ ਤਾਂ ਰਿਵਾਲਵਰ ਨਹੀਂ ਉਹਦਾ ਤਾਂ ਉਹਦਾ ਦਿਲ ਹੈ ਉਦੋਂ ਉਹਨੂੰ ਪਿਆਰ ਚਾਹੀਦਾ ਹੈ ਉਦੋਂ ਉਹਨੂੰ ਅਸਲੀਅਤ ਚਾਹੀਦੀ ਉਦੋਂ ਬਟਨ ਨੱਪੇਗਾ ਅਸਲੀ ਰਿਵਾਲਵਰ ਤਾਂ ਉਦੋਂ ਚੱਲਣਾ ਹੈ ਥੋੜੀ ਦਾ ਫਿਰ ਕੀ ਲੱਗਦਾ ਹੈ ਰਿਵਾਲਵਰ ਚੱਲੂਗਾ ਬਿਲਕੁਲ ਵੋਟ ਦਾ ਰਿਵਾਲਵਰ ਚੱਲਣਾ ਹੀ ਚੱਲਣਾ ਹੈ ਔਰ ਤੁਸੀਂ ਦੇਖਣਾ 20 ਤਰੀਕ ਨੂੰ ਕਿਸ ਟੰਗ ਦੇ ਨਾਲ ਲੋਕ ਵੋਟਾਂ ਪਾਉਂਦੇ ਨੇ ਔਰ 10 ਤਰੀਕ 10 ਮਾਰਚ ਜਿਆਦਾ ਦੂਰ ਨਹੀਂ 1.5 ਮਹੀਨਾ ਨਹੀਂ ਹੈਗਾਗਾ ਤੁਹਾਡੇ ਸਾਹਮਣੇ ਰਿਜ਼ਲਟ ਆਉਣਗੇ ਆਪਾਂ ਫਿਰ ਇੱਥੇ ਤਾਂ ਬੈਠ ਕੇ ਇੰਟਰਵਿਊ ਕਰਾਂਗੇ ਖੇਤੀਬਾੜੀ ਬਿੱਲਾਂ ਨੂੰ ਲੈ ਕੇ ਆਖੀ ਸਵਾਲ ਹੈ ਖੇਤੀਬਾੜੀ ਬਿੱਲਾਂ ਨੂੰ ਲੈ ਕੇ ਗੱਲ ਕੀਤੀ ਜਾਰੀ ਕਿ ਖੇਤੀਬਾੜੀ ਬਿੱਲਾਂ ਨੂੰ ਲੈ ਕੇ ਕਾਨੂੰਨਾਂ ਨੂੰ ਲੈ ਕੇ ਜਿਹੜਾ ਵਿਰੋਧ ਅੱਜ ਵੀ ਜਿਹੜਾ ਹੈਗਾ ਪਿੰਡਾਂ ਦੇ ਵਿੱਚ ਲੋਕਾਂ ਦੇ ਵਿੱਚ ਇੱਕ ਗਿਲਾ ਤਾਂ ਹੈਗਾ ਉਹਦਾ ਉਹ ਕਿਤੇ ਨਾ ਕਿਤੇ ਡੈਮੇਜ ਤਾਂ ਨਹੀਂ ਕਰੂਗਾ ਉਹਦਾ ਸੋ ਕਾਹਦਾ ਗਿਲਾ ਹੈ ਪ੍ਰਧਾਨ ਮੰਤਰੀ ਜੀ ਨੇ ਤਿੰਨੇ ਕਾਨੂੰਨ ਵਾਪਸ ਲੈ ਲੇ ਇਹੀ ਆਪਾਂ ਮੰਗਦੇ ਸੀ ਕਿ ਕੁਝ ਹੋਰ ਮੰਗਦੇ ਸੀ ਤਿੰਨੇ ਕਾਨੂੰਨ ਕਹਿੰਦੇ ਸੀ ਵਾਪਸ ਲਾਓ ਜੀ ਜਦੋਂ ਵੀ ਇਹ ਪ੍ਰੋਟੈਸਟ ਹੋਇਆ ਅਸੀਂ ਖੁਦ ਮੈਂ ਖੁਦ ਇੱਕ ਕਿਸਾਨ ਆ ਫਾਰਮਰ ਆ ਠੀਕ ਹੈ ਕਿ ਨਹੀਂ ਔਰ ਜਦ ਦੀ ਪੁਸ਼ਤੀ ਅਸੀਂ ਜ਼ਮੀਨਾਂ ਦੇ ਮਾਲਕ ਵੀ ਰਹੇ ਆ ਵਾਈ ਵੀ ਕਰਦੇ ਰਹੇ ਅਸੀਂ ਇਹ ਕਹਿੰਦੇ ਸੀਗੇ ਵੀ ਇਹ ਕਾਨੂੰਨ ਗਲਤ ਨੇ ਪ੍ਰਧਾਨ ਮੰਤਰੀ ਜੀ ਨੇ ਜਦੋਂ ਇਹ ਰਿਅਲਾਈਜ਼ ਕਰ ਲਿਆ ਉਹਨਾਂ ਦੇ ਸਾਹਮਣੇ ਵਾਈਟ ਪੇਪਰ ਆ ਗਿਆ ਇਹਦੇ ਬਾਰੇ ਵੀ ਇਹ ਗਲਤ ਬਣ ਗਏ ਉਹਨਾਂ ਨੇ ਮਾਫੀ ਵੀ ਮੰਗੀ ਔਰ ਉਸ ਤੋਂ ਬਾਅਦ ਕਾਨੂੰਨ ਵੀ ਵਾਪਸ ਲੈ ਲੇ ਵਿਰੋਧ ਕਰਦਾ ਕੋਈ ਵਿਰੋਧ ਨਹੀਂ ਉਹ ਤਾਂ ਹੁਣ ਕਾਂਗਰਸ ਵਾਲੇ ਪੁੱਛ ਦਸਣ ਜਿਹੜੇ ਕਹਿੰਦੇ ਸੀ ਵੀ ਅਸੀਂ ਸੋ ਦਿਨ ਚ ਅਸੀਂ 100 ਕੰਮ ਕਰਤੇ ਉਹ 36000 ਬੰਦਾ ਪੱਕਾ ਹੋ ਗਿਆ ਤੁਸੀਂ ਦੱਸ ਲੋ ਮੈਨੂੰ ਕਿ ਉਦੋਂ ਵੇਚੀ ਸੀਗੇ ਨਾਲ ਹੀ ਬਿਲਕੁਲ ਸੀ ਬਿਲਕੁਲ ਮੈਂ ਕਦੀ ਐਸੀ ਦਾ ਹੁੰਗਾਰਾ ਹੀ ਨਹੀਂ ਦਿੱਤਾਗਾ ਮੈਂ ਤਾਂ ਇਹਨਾਂ ਦੀਆਂ ਗੱਲਾਂ ਸੁਣਦਾ ਸੀ ਵੀ ਤੋਤੇ ਤਰ੍ਹਾਂ ਇਹ ਬੋਲਦੇ ਨੇ ਤੁਸੀਂ ਕਹਿ ਰਹੇ ਵੀ ਤੋਤਾ ਅਮਰਿੰਦਰ ਸਿੰਘ ਮੈਂ ਨਹੀਂ ਕਹਿ ਰਿਹਾ ਨਵਜੋਤ ਸਿੰਘ ਸਿੱਧੂ ਕਹਿੰਦਾ ਜੋਤ ਸਿੰਘ ਸਿੱਧੂ ਦੀ ਗੱਲ ਹੀ ਕਰ ਰਿਹਾ ਮੈਂ ਪੁੱਛ ਰਿਹਾ ਕਿ ਜੋ ਗੱਲ ਚੰਨੀ ਕਹਿੰਦਾ ਸੀ ਤੇ ਚੰਨੀ ਨਦੀ ਜਿਹੜੀ ਅਗਲੇ ਦਿਨ ਗੱਲ ਨਵਜੋਤ ਸਿੰਘ ਸਿੱਧੂ ਜੀ ਕਹਿੰਦੇ ਸੀਗੇ ਕਿ ਇਹ ਗਲਤ ਝੂਠ ਬੋਲਦਾ ਕਹਿੰਦੇ ਸੀ ਕਿ ਨਹੀਂ ਕਹਿੰਦੇ ਸੀ 36000 ਬੰਦੇ ਚੋਂ 6000 ਵੀ ਨਹੀਂ ਪੱਕਾ ਹੋਇਆ 600 ਵੀ ਨਹੀਂ ਪੱਕਾ ਹੋਇਆ ਲਿਸਟ ਤਾਂ ਦੇ ਦਨ ਸਵਾਰੇ ਕੀ ਕਰਦੇ ਹੋਗੇ ਹਾਂਜੀ ਆ ਕੇ ਕਰਦੇ ਹੋਗੇ ਬਿਲਕੁਲ ਅਸੀਂ ਦੇਖਾਂ ਕਿ ਸਾਡੀਆਂ ਪਾਲਿਸਿਸ ਨੇ ਜਦੋਂ ਸਾਡੀ ਗਵਰਨਮੈਂਟ ਬਣ ਜੇਗੀ ਅਸੀਂ ਇਹ ਕੀ ਇਹ ਤੋਂ ਇਲਾਵਾ ਹੋਰ ਬਹੁਤ ਸਾਰੇ ਕੰਮ ਕਰਾਂਗੇ ਸ਼ੁਕਰੀਆ ਸਰ ਪੰਜਾਬ ਦੇ ਨੌਜਵਾਨਾਂ ਵਾਸਤੇ ਅਸੀਂ ਵੀ ਵਿਲ ਮੇਕ ਅ ਡਰਗ ਫਰੀ ਸਟੇਟ ਅਸੀਂ ਲੋਕਾਂ ਨੂੰ ਨੌਕਰੀਆਂ ਦਿਆਂਗੇ ਸਕਿੱਲ ਡਿਵੈਲਪਮੈਂਟ ਦਿਆਂਗੇ ਸੈਲਫ এমਪਲੋਇਮੈਂਟ ਕ੍ਰੀਏਟ ਕਰਾਂਗੇ ਇਹ ਸਾਰੀਆਂ ਚੀਜ਼ਾਂ ਹੋਣਗੀਆਂ ਵਿਰੋਧੀ ਕਹਿੰਦੇ ਗੁਜਰਾਤ ਚ ਤੁਹਾਡੀ ਸਰਕਾਰ ਹੈ ਗੁਜਰਾਤ ਦੇ ਜਿਹੜਾ ਬਾਰਡਰਾਂ ਤੇ ਡਰੱਗ ਆ ਰਹੀ ਆ ਪੰਜਾਬ ਚ ਨਹੀਂ ਆ ਰਹੀ ਉਹ ਕਹਿੰਦੇ ਗਰਜਰਾਤ ਆ ਰਹੀ ਆ 3000 ਕਰੋੜ ਦੀ ਡਰੱਗ ਕਿੱਥੇ ਆਈ ਇਹ ਗੱਲ ਸੁਣੋ ਦੇਖੋ ਬਾਰਡਰੋਂ ਤੋਂ ਡਰੱਗ ਆਉਣੀ ਉਹਨਾਂ ਨੂੰ ਪ੍ਰੋਟੈਕਟ ਕੌਣ ਕਰਦੇ ਨੇ ਇਹ ਇੱਥੇ ਜਿਹੜੇ ਇਹ ਪੁੱਛੋ ਵੀ ਅੱਜ ਡਰੱਗਸ ਦਾ ਰੌਲਾ ਕੀ ਪੈ ਰਿਹਾ ਸਾਡੇ ਤੇ ਤਾਂ ਨਹੀਂ ਪੈ ਰਿਹਾਗਾ ਭਾਜਪਾ ਦਾ ਤਾਂ ਕੋਈ ਬੰਦਾ ਨਹੀਂ ਡਰੱਗ ਚ ਇਨਵੋਲ ਇਹ ਦੱਸਣ ਮੌਜੂਦਾ ਸਰਕਾਰ ਦੱਸੇ ਵੀ ਗੁਜਰਾਤ ਗੁਜਰਾਤ ਚ ਤੁਹਾਡੀ ਸਰਕਾਰ ਇਹਨਾਂ ਨੂੰ ਡਰੱਗ ਦੱਸੋ ਨਾ ਗੁਜਰਾਤ ਚ ਸਾਡੀ ਸਰਕਾਰ ਹੈ ਗੁਜਰਾਤ ਚ ਤਾਂ ਕੋਈ ਡਰੱਗ ਵਾਲਾ ਹੈ ਹੀ ਨਹੀਂ ਕੋਈ ਫੜਿਆ ਹੀ ਨਹੀਂ ਗਿਆ ਧੰਨਵਾਦ ਜੀ ਅਸੀਂ ਕਿ ਰਾਣਾ ਗੁਰਮੀਤ ਸੋਢੀ ਜੀ ਸਾਬਕਾ ਖੇਡ ਮੰਤਰੀ ਕਹਿ ਰਹੇ ਨੇ ਮੇਰੀ ਆਡਾਲੋਜੀ ਨਹੀਂ ਬਦਲੀ ਕਾਂਗਰਸ ਦੀ ਆਡਾਲੋਜੀ ਬਦਲ ਗਈ ਹੈ ਇਸੇ ਕਰਕੇ ਮੈਂ ਪਾਰਟੀ ਬਦਲ ਦਿੱਤੀ ਹੈ ਕਹਿ ਰਹੇ ਆ ਪਿੰਡਾਂ 'ਚ ਜਿੰਨਾ ਪ੍ਰਵਾ ਪਿਆਰ ਜਿਹੜਾ ਭਾਜਪਾ ਨੂੰ ਮਿਲ ਰਿਹਾ ਤੇ ਜਿੰਨੇ ਪਰਿਵਾਰ ਭਾਜਪਾ 'ਚ ਸ਼ਾਮਲ ਹੋ ਰਿਹਾ ਕਹਿੰਦੇ ਉਹਨੇ ਕਿਸੇ ਹੋਰ ਪਾਰਟੀ 'ਚ ਨਹੀਂ ਹੋ ਰਹੇਗੇ ਕਹਿ ਰਹੇ ਨੇ ਕਿ ਸਾਨੂੰ ਨਹੀਂ ਸਕੋ ਕਾਂਗਰਸੀਆਂ ਨੂੰ ਪਿੰਡਾਂ 'ਚੋਂ ਭੱਜਣਾ ਪੈ ਰਿਹਾ ਕੈਮਰਾਮੈਨ ਮਨਪ੍ਰੀਤ ਦੇ ਨਾਲ ਮੈਂ ਸਿਮਰਨਜੀਤ ਸਿੰਘ ਪ੍ਰੋ ਪੰਜਾਬ ਟੀਵੀ ਫਿਰੋਜ਼ਪੁਰ